गरबा खेडन दे नाल एक दिन दे विच 10 लोकां दी हुई मौत। मौत दे वधदे अंकड़ियां नूं देख के पुलिस ने कीते खास इंस्ट्रक्शंस जारी। जानो क्यों गरबा खेलन दे नाल हो रहियां ने मौतां, की है पूरा मामला, देखो इस खास रिपोर्ट दे विच। ਸਵੇਖ ਰਿਹਾ ਦਾ ਟੀਵੀ ਐਨਆਰਆਈ, ਮੈਂ ਹਾਂ ਗਰਿਮਾ। ਗੱਲ ਕਰ ਲਈਏ ਤਿਉਹਾਰਾਂ ਦੇ ਦਿਨ ਚੱਲ ਰਹੇ ਨੇ ਤੇ ਤਿਉਹਾਰਾਂ ਦੀ ਸ਼ੁਰੂਆਤ ਨਵਰਾਤਰਿਆਂ ਤੋਂ ਹੁੰਦੀ ਹੈ, ਜਿਸ ਦੇ ਵਿੱਚ ਮਾਂ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਗੁਜਰਾਤ ਤੋਂ ਲੈ ਕੇ ਬੰਗਾਲ ਦੇ ਵਿੱਚ ਗਰਬਾ ਖੇਲਿਆ ਜਾਂਦਾ ਹੈ, ਜਿਸ ਦੇ ਵਿੱਚ ਲੋਕੀ ਸਵੇਰੇ ਮਾਂ ਦੀ ਪੂਜਾ ਕਰਦੇ ਨੇ ਤੇ ਰਾਤ ਵਿੱਚ ਪੰਡਾਲ ਦੇ ਵਿੱਚ ਮਾਂ ਦੇ ਭਜਨਾਂ ਦੇ ਉੱਪਰ ਗਰਬਾ ਕਰਦੇ ਨੇ। ਇਹ ਕਾਫੀ ਜ਼ਿਆਦਾ ਲੰਬੇ ਸਮੇਂ ਤੋਂ ਪ੍ਰਥਾ ਚੱਲੀ ਆ ਰਹੀ ਹੈ। ਇਸ ਨਾਲ ਹੀ ਲੋਕ ਲਹਿੰਗਾ ਚੋਲੀ ਪਾ ਕੇ ਹੱਥ ਦੇ ਵਿੱਚ ਡਾਂਡੀਆਂ ਫੜ ਕੇ ਗਰਬਾ ਖੇਲਦੇ ਨੇ। ਪਰ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਐਕਸਰਸਾਈਜ਼ ਤੋਂ ਲੈ ਕੇ ਨੱਠ ਭੱਜ ਕਰਨ ਦੀ ਸ਼ਮਤਾ ਘੱਟਦੀ ਜਾ ਰਹੀ ਹੈ, ਜਿਸ ਦੇ ਨਾਲ ਲੋਕ ਇੱਕ ਥਾਂ ਤੇ ਬੈਠ ਕੇ ਕੰਮ ਕਰਦੇ ਨੇ, ਪਰ ਇਸ ਦੇ ਕਾਰਨ ਜੋ ਹੈ ਹੁਣ ਗਰਬਾ ਖੇਲਣ ਦੇ ਨਾਲ 10 ਲੋਕਾਂ ਦੀ ਇੱਕ ਦਿਨ ਦੇ ਵਿੱਚ ਮੌਤ ਦਰਜ ਕੀਤੀ ਗਈ ਹੈ। ਔਸਤਨ ਜੀ ਹਾਂ, ਇਹ ਮਾਮਲਾ ਗੁਜਰਾਤ ਦਾ ਦੱਸਿਆ ਜਾ ਰਿਹਾ ਕਿ ਜਿੱਥੇ ਗਰਬਾ ਖੇਲਣ ਦੇ ਨਾਲ ਗੁਜਰਾਤ ਦੇ ਵੱਖਰੇ ਵੱਖਰੇ ਥਾਵਾਂ ਉੱਤੇ ਤਕਰੀਬਨ 10 ਲੋਕਾਂ ਦੀ ਮੌਤ ਹੋ ਗਈ। ਇਹ ਮੌਤ ਦਾ ਕਾਰਨ ਇਹ ਸੀ ਕਿ ਜਦੋਂ ਇਹਨਾਂ ਲੋਕਾਂ ਦੇ ਵੱਲੋਂ ਗਰਬਾ ਖੇਲਣ ਦੀ ਸ਼ੁਰੂਆਤ ਕੀਤੀ ਗਈ ਤਾਂ ਅਚਾਨਕ ਹੀ ਉਹਨਾਂ ਨੂੰ ਚੱਕਰ ਆਉਣ ਲੱਗ ਪਏ। ਕਈਆਂ ਦੀ ਤਾਂ ਦਿਲ ਦੀ ਧੜਕਣ ਬੰਦ ਹੋ ਗਈ ਤੇ ਕਈਆਂ ਨੂੰ ਮੌਕੇ ਤੇ ਹੀ ਹਾਰਟ ਅਟੈਕ ਜਾਂ CRP ਦੇਣਾ ਪਿਆ। ਜੀ ਹਾਂ, ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਇਹ ਘਟਨਾਵਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ, ਇਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੀ ਜਿਹੜੀ ਹੈ ਉਹ ਫਿਜ਼ੀਕਲ ਐਕਟੀਵਿਟੀ ਜ਼ੀਰੋ ਹੋ ਚੁੱਕੀ ਹੈ, ਜਿਸ ਦੇ ਕਾਰਨ ਇਹ ਕਾਫੀ ਜ਼ਿਆਦਾ ਮਾਮਲੇ ਵੱਧਦੇ ਜਾ ਰਹੇ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਜੋ ਹੈ ਪ੍ਰਸ਼ਾਸਨ ਦੇ ਵੱਲੋਂ ਕੋਈ ਸਖਤੀ ਦੇ ਨਾਲ ਫੈਸਲੇ ਵੀ ਲਏ ਗਏ ਆ, ਪਰ ਉੱਥੇ ਹੀ ਜੋ ਕਹਿ ਲਈਏ ਕਿ ਸਿਵਲ ਹਸਪਤਾਲ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ, ਉਹਨਾਂ ਦਾ ਕਹਿਣਾ ਹੈ ਕਿ ਤਕਰੀਬਨ ਸਾਨੂੰ ਇਹਨਾਂ 9 ਦਿਨਾਂ ਦੇ ਵਿੱਚ ਸ਼ਾਮ ਦੇ ਵੇਲੇ 605 ਕਾਲਸ ਜਿਹੜੀ ਹੈ ਲੋਕਾਂ ਦੀ ਬੇਹੋਸ਼ ਹੋਣ ਦੇ ਨਾਲ ਆਈ ਹੈ, ਕਿ ਜਾਨੀ ਜਿਹੜੇ ਲੋਕ ਗਰਬਾ ਖੇਲਣ ਦੇ ਸਮੇਂ ਬੇਹੋਸ਼ ਹੋ ਗਏ ਤੇ ਇਸ ਨਾਲ ਹੀ 507 ਕਾਲਸ ਉਹ ਆਈਆਂ ਨੇ ਜਿਨ੍ਹਾਂ ਦੀ ਹਾਰਟ ਅਟੈਕ ਦੇ ਕਾਰਨ ਐਮਰਜੈਂਸੀ ਦੇ ਵਿੱਚ ਮੌਕੇ ਤੇ ਉਹਨਾਂ ਨੂੰ ਲਿਜਾਣਾ ਪਿਆ। ਜੀ ਹਾਂ, ਇਹ ਸਰਕਾਰੀ ਅੰਕੜੇ ਦੱਸੇ ਜਾ ਰਹੇ ਆ, ਜਿਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਇਹਨਾਂ ਅੰਕੜਿਆਂ ਨੂੰ ਦੇਖਦੇ ਹੋਏ ਸਖਤੀ ਦੇ ਨਾਲ ਰੁਖ ਅਪਣਾਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਗਰਬਾ ਪ੍ਰਬੰਧਕਾਂ ਨੇ ਗਰਬਾ ਦੇ ਵਿੱਚ ਹਿੱਸਾ ਲੈਣ ਵਾਲਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਸਥਾਨ ਉੱਤੇ ਡਾਕਟਰ ਐਂਬੂਲੈਂਸ ਦਾ ਪ੍ਰਬੰਧ ਕੀਤਾ। ਉਹਨਾਂ ਨੂੰ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਐਂਬੂਲੈਂਸਾਂ ਦੀ ਜਲਦੀ ਦਾਖਲੇ ਦੇ ਲਈ ਪ੍ਰਬੰਧ ਕੀਤਾ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ CPR ਦੀ ਸਿਖਲਾਈ ਦੇਣ ਵਾਲੇ ਗਰਬਾ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਣ ਲਈ ਲੋਕਾਂ ਨੂੰ ਪਾਣੀ ਦਾ ਯੋਗਾ ਵੀ ਕਹਿ ਲਈਏ ਕਰਵਾਇਆ ਗਿਆ। ਇਸ ਦੇ ਨਾਲ ਹੀ ਤੁਹਾਨੂੰ ਕਹਿ ਦਈਏ CPR ਯਾਨੀ ਕਿ ਇਹ ਜੋ ਹੈ ਜੋ ਗੁਜਰਾਤ ਸਰਕਾਰ ਦੇ ਵੱਲੋਂ ਸਪੈਸ਼ਲ ਇੰਸਟਰਕਸ਼ਨ ਦਿੱਤੀ ਗਈ ਹੈ ਕਿ ਜਦੋਂ ਵੀ ਗਰਬਾ ਪੰਡਾਲ ਲੱਗੇਗਾ ਉਸ ਵੇਲੇ ਗੁਜਰਾਤ ਸਰਕਾਰ ਦੇ ਵੱਲੋਂ ਹਾਲ ਹੀ ਦੇ ਵਿੱਚ ਇੱਕ ਇੰਸਟਰਕਸ਼ਨਸ ਦਿੱਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਹਰੇਕ ਗਰਬਾ ਪੰਡਾਲ ਦੇ ਵਿੱਚ CPR ਦਾ ਹੋਣਾ ਅਤਿ ਜ਼ਰੂਰੀ ਹੈ। CPR ਕੀ ਹੁੰਦਾ ਹੈ ਇਹ ਵੀ ਤੁਹਾਨੂੰ ਦੱਸ ਦਿੰਦੇ ਆ। ਜੀ ਹਾਂ, ਦੱਸ ਦਈਏ ਕਿ CPR ਯਾਨੀ ਕਾਰਡੀਓ ਪੁਲਮੋਨਰੀ ਰਜਿਸਟ੍ਰੇਸ਼ਨ ਇੱਕ ਜੀਵਨ ਬਚਾਉਣ ਦੀ ਤਕਨੀਕ ਹੈ। ਇਸ ਦੀ ਵਰਤੋਂ ਦੇ ਨਾਲ ਸਥਿਤੀ ਦੇ ਵਿੱਚ ਕਹਿ ਲਈਏ ਕਿ ਕੰਟਰੋਲ ਕੀਤੀ ਜਾ ਸਕਦੀ ਹੈ। ਜਦੋਂ ਸਾਡਾ ਸਾਹ ਰੁਕਦਾ ਹੈ ਜਾਂ ਫਿਰ ਦਿਲ ਦੀ ਧੜਕਣ ਰੁਕ ਜਾਂਦੀ ਹੈ, CPR ਦੇ ਨਾਲ ਦੁਬਾਰਾ ਦਿਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇਹ ਤਕਨੀਕ ਉਦੋਂ ਲਾਭਦਾਇਕ ਹੁੰਦੀ ਹੈ ਜਦੋਂ ਡਾਕਟਰ ਜਾਂ ਨਰਸ ਦੀ ਮਦਦ ਦੇ ਨਾਲ ਇਸ ਨੂੰ ਕੀਤਾ ਜਾਵੇ। ਇਸ ਦੇ ਨਾਲ ਹੀ ਡਾਕਟਰ ਦਾ ਕਹਿਣਾ ਹੈ ਤੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮੌਕੇ ਤੇ ਜਦੋਂ ਵੀ ਪੰਡਾਲ ਦੀ ਅਰੇਂਜਮੈਂਟ ਕੀਤੀ ਜਾਵੇ ਉਸ ਵੇਲੇ ਕੋਈ ਨਾ ਕੋਈ ਡਾਕਟਰ ਜ਼ਰੂਰ ਮੌਜੂਦ ਹੋਣਾ ਚਾਹੀਦਾ, ਜਾਂ ਫਿਰ ਇੱਕ ਵਿਅਕਤੀ ਜਿਸ ਨੂੰ ਇਹ ਟੈਕਨੀਕ ਜ਼ਰੂਰ ਆਉਂਦੀ ਹੋਵੇ। ਤੁਸੀਂ ਇਹ ਸੋਚ ਸਕਦੇ ਹੋ ਇਹਨਾਂ ਅੰਕੜਿਆਂ ਤੋਂ ਕਿਸ ਤਰੀਕੇ ਦੇ ਨਾਲ ਗੁਜਰਾਤ ਤੋਂ ਲੈ ਕੇ ਬੰਗਾਲ ਦੇ ਵਿੱਚ ਲੋਕਾਂ ਦੇ ਇਹ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਇਸ ਦੇ ਨਾਲ ਇੱਕ ਸਵਾਲ ਹੋਰ ਖੜਾ ਹੁੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਅਸੀਂ ਮਾਡਰਨ ਯੁੱਗ ਦੇ ਵੱਲ ਤਾਂ ਦਿਨੋਂ ਦਿਨ ਵੱਧਦੇ ਜਾ ਰਿਹਾ, ਪਰ ਲੋਕਾਂ ਦੀਆਂ ਸਰੀਰਕ ਸਮੱਸਿਆਵਾਂ ਵੀ ਉਸ ਦੇ ਨਾਲ ਕਿਸ ਤਰੀਕੇ ਦੇ ਨਾਲ ਵੱਧਦੀਆਂ ਜਾ ਰਹੀਆਂ। ਇਸ ਤਰੀਕੇ ਦੀਆਂ ਵੱਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦਾ TV NRI ਦੇ ਨਾਲ।